ਪ੍ਰਾਈਮ ਸੌਰਵ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਜੇਕਰ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਚੈਨਲ 'ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ, ਅਤੇ ਜਿਨ੍ਹਾਂ ਨੇ ਪਹਿਲਾਂ ਹੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਲੰਡਨ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਨੇ ਹਫ਼ਤੇ ਦੇ ਅੰਤ ਦੇ ਵਿੱਚ ਬਸ਼ਰ ਅਲ ਮਸਦ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਸ਼ਰਣ ਮੰਗਣ ਵਾਲੇ ਜਿਹੜੇ ਸਰਿਆਈ ਸ਼ਰਨਾਰਥੀ ਸਨ ਉਹਨਾਂ ਦੀ ਅਰਜ਼ੀਆਂ 'ਤੇ ਜਿਹੜਾ ਫੈਸਲਾ ਸੀ ਉਹ ਹਾਲੇ ਉਸਨੂੰ ਟਾਲ ਦਿੱਤਾ ਹੈ, ਯਾਨੀ ਕਿ ਉਸਨੂੰ ਥੋੜ੍ਹਾ ਲੇਟ ਕਰ ਦਿੱਤਾ ਹੈ। ਸੀਰੀਆ ਦੇ ਵਿੱਚ ਅਸਦ ਸ਼ਾਸਨ ਦੇ ਖਤਮ ਹੋਣ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਖੇਤਰ ਦੀ ਇਸ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਅਪੀਲ ਕੀਤੀ ਹੈ ਅਤੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਹ ਹਜ਼ਾਰਾਂ ਹੀ ਸਰਿਆਈ ਸ਼ਰਨਾਰਥੀਆਂ ਦੀ ਇਹਨਾਂ ਅਰਜ਼ੀਆਂ ਨੂੰ ਦੀ ਜਿਹੜੀ ਸਮੀਕਸ਼ਾ ਦੇ ਰੱਖੇਗਾ। ਇਸੇ ਤਰ੍ਹਾਂ ਦੇ ਕਦਮ ਜਰਮਨੀ, ਗ੍ਰੀਸ ਅਤੇ ਆਸਟਰੀਆ ਨੇ ਵੀ ਚੁੱਕੇ ਹੈ। ਫਿਲਹਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਜਿਹੜੀਆਂ ਸੀਰੀਆ ਦੇ ਨਾਗਰਿਕਾਂ ਦੁਆਰਾ ਸ਼ਰਨ ਦੇ ਲਈ ਬੇਨਤੀ ਕਰਨ ਵਾਲੀਆਂ ਜਿਹੜੀ ਐਪਲੀਕੇਸ਼ਨਸ ਭੇਜੀ ਸੀ ਉਹ 'ਤੇ ਜਿਹੜੇ ਫੈਸਲੇ ਹੈਗੇ ਉਸ 'ਤੇ ਹਾਲੇ ਰੋਕ ਲਗਾ ਦਿੱਤੀ ਹੈ ਅਤੇ ਉਹ ਕਹਿ ਰਹੇ ਕਿ ਹਾਲੇ ਉਹ ਇਸ ਮੌਜੂਦਾ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਉਹ ਦੱਸ ਸਕਦੇ ਹਨ ਕਿ ਇਸਦੇ ਬਾਰੇ ਉਹ ਕੀ ਜਵਾਬ ਦੇਣਗੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇਟਲੀ ਤੋਂ। ਇਟਲੀ ਦੇ ਤੁਸਕਾਨਾ ਸੂਬੇ ਦੇ ਸ਼ਹਿਰ ਫਿਰੈਂਸੇ ਨੇੜੇ ਕੈਲਨਜ਼ਾਨੋ ਦੇ ਵਿਖੇ ਇੱਕ ਗੈਸ ਰਿਫਾਇਨਰੀ ਦੇ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਗੰਭੀਰ ਜ਼ਖਮੀਆਂ ਦੀ ਗਿਣਤੀ 26 ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਇਹਨਾਂ ਲਾਸ਼ਾਂ ਦੇ ਵਿੱਚੋਂ ਹਾਲੇ ਇੱਕ ਜਣੇ ਦੀ ਪਹਿਚਾਣ ਹੋਈ ਹੈ ਅਤੇ ਬਾਕੀ ਜਿਹੜੇ 3 ਲਾਸ਼ਾਂ ਹੈ ਉਹਨਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਅਤੇ ਜਿਹੜੀ ਲਾਸ਼ ਦੀ ਪਹਿਚਾਣ ਹੋਈ ਹੈ ਉਸਦਾ ਨਾਮ ਵਿਚੇਂਜ਼ੋ ਮਾਰਟੀਨੈਲੀ ਹੈ, ਜਿਹੜੇ ਕਿ ਪ੍ਰਾਤੋ ਦੇ ਵਿੱਚ ਰਹਿੰਦੇ ਸੀ ਅਤੇ ਮੂਲ ਰੂਪ ਤੋਂ ਨਾਪੋਲੀ ਤੋਂ ਸੀ। ਅਤੇ ਮਰਨ ਵਾਲਾ ਵਿਅਕਤੀ ਪਲਾਂਟ ਦੇ ਵਿੱਚ ਇੱਕ ਟੈਂਕਰ ਡਰਾਈਵਰ ਦੇ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਪਿੱਛੇ ਇਹ ਦੋ ਆਪਣੇ ਬੱਚਿਆਂ ਨੂੰ ਛੱਡ ਗਿਆ ਹੈ। ਅਤੇ ਜਿਹੜੇ 4 ਕਾਮੇ ਹੁਣ ਤੱਕ ਲਾਪਤਾ ਹੈ ਉਹ ਕਤਾਨੀਆ ਦੇ ਤੋਂ ਕਰਮੋਲੋ ਦੇ ਵਿੱਚ ਰਹਿਣ ਵਾਲੇ ਹਨ ਅਤੇ ਹਾਲੇ ਤੱਕ ਇਹਨਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਤੇ ਇਸ ਹਾਦਸੇ ਵਿੱਚ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਇਸ ਧਮਾਕੇ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਤੇ ਪ੍ਰਸ਼ਾਸਨ ਨੇ ਚੱਲ ਰਹੇ ਨੇੜਲੇ 15 ਕਾਰੋਬਾਰੋਂ ਜਿਹੜੇ ਨਜ਼ਦੀਕੀ ਕਾਰੋਬਾਰ ਜਾਂ ਬਿਲਡਿੰਗਸ ਹੈਗੀਆਂ ਆ ਉਹਨਾਂ ਨੂੰ ਵੀ ਰੋਕ ਲਗਾ ਦਿੱਤੀ ਹੈ ਅਤੇ ਜਿਹੜੇ ਲੋਕ ਜ਼ਖਮੀ ਹਾਲਤ ਦੇ ਵਿੱਚ ਇਲਾਜ ਦੇ ਵਿੱਚ ਹੈ ਅਤੇ ਉਹਨਾਂ ਅਨੁਸਾਰ ਇਹ ਧਮਾਕਾ ਇੱਕ ਵੱਡੇ ਫਟੇ ਬੰਬ ਵਾਂਗੂ ਸੀ ਅਤੇ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਜ਼ਹਿਰੀਲੀ ਗੈਸ ਫੈਲ ਗਈ ਹੈ ਅਤੇ ਜਿਸ ਦੇ ਕਰਕੇ ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੀ ਇੱਕ ਡੋਮੈਸਟਿਕ ਏਅਰਲਾਈਨਸ ਜਿਹੜੀ ਹੈਗੀ ਆ ਉਸ ਦੇ ਵਿੱਚ ਅੱਜ ਜਿਹੜੀ ਬ੍ਰੇਕ ਖਰਾਬ ਹੋਣ ਕਰਕੇ ਉਸਨੂੰ ਉਸਦੀ ਐਮਰਜੈਂਸੀ ਜਿਹੜੀ ਲੈਂਡਿੰਗ ਕਰਨੀ ਪਈ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਬ੍ਰੇਕ ਖਰਾਬ ਹੋਣ ਕਰਕੇ ਇਸ ਫਲਾਈਟ ਨੂੰ ਐਮਰਜੈਂਸੀ ਲੈਂਡ ਕਰਨਾ ਪਿਆ ਹੈ। ਇਸ ਫਲਾਈਟ ਦੇ ਇੱਕ ਮੁਸਾਫਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਉਸਦੇ ਕੈਪਟਨ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਕਿ ਫਲਾਈਟ ਦੇ ਵਿੱਚ ਹੁਣ ਜਿਹੜੇ ਜਿਹੜੇ ਬ੍ਰੇਕ ਹੈਗੇ ਆ ਲੋਕ ਹੋ ਗਏ ਹਨ ਅਤੇ ਪਹੀਏ ਟੱਕਰ ਲੱਗਣ 'ਤੇ ਉੱਡ ਸਕਦੇ ਹਨ ਅਤੇ ਇਸ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਪ੍ਰਭਾਵ ਦੇ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪਰ ਜਦੋਂ ਜਹਾਜ਼ ਸੁਰੱਖਿਅਤ ਰੂਪ ਦੇ ਨਾਲ ਉਤਰਿਆ ਤਾਂ ਬਹੁਤ ਸਾਰੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਅਚਾਨਕ ਹਾਦਸਾ ਵਾਪਰਨ ਦੀ ਜਿਹੜੀ ਘਟਨਾ ਤੋਂ ਬਚਿਆ ਜਾ ਸਕਿਆ ਹੈ। ਅਤੇ ਕੰਤਾਸ ਏਅਰਵੇਜ਼ ਨੇ ਕਿਹਾ ਹੈ ਕਿ ਜਹਾਜ਼ ਨੂੰ ਵਾਪਸ ਫਿਰ ਸਰਵਿਸ ਦੇ ਵਿੱਚ ਲਿਜਾਉਣ ਤੋਂ ਪਹਿਲਾਂ ਸਾਰੀ ਉਸਦੀ ਇੰਜੀਨੀਅਰਾਂ ਦੁਆਰਾ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸ਼੍ਰੀਲੰਕਾ ਤੋਂ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੀ ਨੇਵੀ ਦੇ ਦੁਆਰਾ ਗ੍ਰਿਫਤਾਰ ਕੀਤੇ ਗਏ 21 ਜਿਹੜੇ ਭਾਰਤੀ
ਮਛੇਰੇ ਹੈਗੇ ਆ ਉਹਨਾਂ ਨੂੰ ਵਾਪਸ ਸਫਲਤਾਪੂਰਵਕ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਅਤੇ ਇਸ ਤੋਂ ਪਹਿਲਾਂ 8 ਦਸੰਬਰ ਨੂੰ ਸ਼੍ਰੀਲੰਕਾ ਦੀ ਜਿਹੜੀ ਨੇਵੀ ਹੈਗੀ ਆ ਉਹਨਾਂ ਨੇ ਰਾਮਾਨਾਥਪੁਰਮ ਦੇ ਤੱਟ ਤੋਂ 8 ਭਾਰਤੀ ਮਛੇਰਿਆਂ ਨੂੰ ਫੜ ਲਿਆ ਸੀ ਅਤੇ 2 ਕਿਸ਼ਤੀਆਂ ਵੀ ਕਾਬੂ ਕੀਤੀਆਂ ਸੀ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਵਾਪਸ ਦੁਬਾਰਾ ਇੰਡੀਆ ਇਹਨਾਂ ਨੂੰ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਆਮ ਤੌਰ 'ਤੇ ਆਪਾਂ ਨੂੰ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਕਿਸੇ ਦਾ ਕਤਲ ਹੋ ਰਿਹਾ ਹੈ ਜਾਂ ਫਿਰ ਕੋਈ ਐਕਸੀਡੈਂਟ ਹੋ ਰਿਹਾ ਹੈ। ਕਾਫੀ ਜ਼ਿਆਦਾ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਸੁਣਨ ਨੂੰ ਮਿਲ ਰਹੀਆਂ ਹਨ। ਅਤੇ ਇਸ ਤਰ੍ਹਾਂ ਹੀ ਹੁਣ ਇੱਕ ਨਵੀਂ ਹੋਰ ਖਬਰ ਆਈ ਹੈ ਕਿ ਪੰਜਾਬੀ ਇੱਕ ਨੌਜਵਾਨ ਸਨ ਜਿਨ੍ਹਾਂ ਦੀ ਉਮਰ 43 ਸਾਲ ਅਤੇ ਜਿਨ੍ਹਾਂ ਦਾ ਨਾਮ ਜਗਜੀਤ ਸਿੰਘ ਸੀ ਅਤੇ ਉਹ ਪਰਿਵਾਰ ਦੀ ਰੋਜ਼ੀ ਰੋਟੀ ਕਰਨ ਕਮਾਉਣ ਦੇ ਲਈ 1 ਸਾਲ ਪਹਿਲਾਂ ਹੀ ਵਰਕ ਪਰਮਿਟ 'ਤੇ ਕੈਨੇਡਾ ਪਹੁੰਚੇ ਸੀ ਅਤੇ ਇੱਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦੇ ਸਨ। ਅਤੇ ਬੀਤੇ ਕੱਲ੍ਹ ਦਿਨੀ ਉਹਨਾਂ ਦੇ ਟਰੱਕ ਦਾ ਟਾਇਰ ਬਲਦੇ ਸਮੇਂ ਪੈਰ ਫਿਸਲਣ ਕਰਕੇ ਉਹ ਪਿੱਛੇ ਨੂੰ ਡਿੱਗ ਪਏ ਅਤੇ ਅਚਾਨਕ ਡਿੱਗਣ ਦੇ ਨਾਲ ਜਗਜੀਤ ਸਿੰਘ ਦੇ ਸਿਰ 'ਤੇ ਸੱਟ ਲੱਗੀ ਅਤੇ ਉਸ ਦੇ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟ। ਸਭ ਤੋਂ ਪਹਿਲਾਂ ਅਮੈਰੀਕਾ ਦੇ ਡਾਲਰ ਦਾ ਰੇਟ ਚੱਲ ਰਿਹਾ 84 ਰੁਪਏ 86 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ 68 ਰੁਪਏ 86 ਪੈਸੇ। ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ 54 ਰੁਪਏ 26 ਪੈਸੇ। ਯੂਰੋ ਦਾ ਰੇਟ ਚੱਲ ਰਿਹਾ 99 ਰੁਪਏ 37 ਪੈਸੇ। ਅਤੇ ਨਿਊਜ਼ੀਲੈਂਡ ਦੇ ਡਾਲਰ ਦਾ ਰੇਟ ਚੱਲ ਰਿਹਾ 49 ਰੁਪਏ 40 ਪੈਸੇ। ਅਰਬ ਅਮਰਾਤ ਦੇ ਦਰਾਮ ਦਾ ਰੇਟ ਚੱਲ ਰਿਹਾ 23 ਰੁਪਏ 10 ਪੈਸੇ। ਪੌਂਡ ਦਾ ਰੇਟ ਚੱਲ ਰਿਹਾ 108 ਰੁਪਏ 23 ਪੈਸੇ। ਇਸ ਅੱਜ ਦੀਆਂ ਕੁਝ ਖਾਸ ਖਬਰਾਂ, ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।